ਅਸਲਾਮੁਆਲੇਕਮ ਪ੍ਰੋਗਰਾਮ ਰਿਆਲੀ ਦੇ ਨਾਲ ਡਾਕਟਰ ਮਹਿਮੂਦ ਕੁਰਾਸ਼ੀ ਤੁਹਾਡੀ ਖਿਦਮਤ ਹਾਜ਼ਰ ਹੈ। ਨਾਜ਼ਰੀਨ ਆਬਾਦੀ ਰੋਜ਼-ਰੋਜ਼ ਤੇਜ਼ੀ ਨਾਲ ਵਧ ਰਹੀ ਹੈ ਤੇ ਵਧੀ ਬਦੀ ਦੇ ਨਾਲ ਖੁਰਾਕ ਦੀ ਜ਼ਰੂਰਤਾਂ ਵੀ ਵਧ ਰਹੀਆਂ ਹਨ। ਅਸੀਂ ਆਪਣੀ ਖੁਰਾਕ ਦੀ ਬੇਸ਼ਤਰ ਜ਼ਰੂਰਤਾਂ ਜਿਹੜੀਆਂ ਹਨ ਉਹ ਜ਼ਰਾਤ ਤੇ ਲਾਈਫਸਟਾਕ ਤੋਂ ਹਾਸਲ ਕਰਨੇ ਆ। ਜਿਸ ਲਈ ਲਾਈਫਸਟਾਕ ਦਾ ਜ਼ਿਕਰ ਕਰਦੇ ਆ ਤੇ ਵੱਡੇ ਜਾਨਵਰਾਂ ਤੋਂ ਇਲਾਵਾ ਭੇਡ ਬੱਕਰੀਆਂ ਮੁਰਗਬਾਨੀ ਇਹ ਸਾਰਾ ਸਾਡੇ ਵਾਸਤੇ ਖੁਰਾਕ ਦੇ ਜ਼ਰਾਏ ਨੇ। ਤੇ ਅੱਜ ਅਸੀਂ ਯੂਨੀਵਰਸਿਟੀ ਆਫ ਵੈਟਰੀ ਐਨੀਮਲ ਸਾਇੰਸਸ ਪਤੋਕੀ 라ਵੀ ਕੈਂਪਸ ਆਏ ਆ ਤੇ ਅੱਜ ਅਸੀਂ ਖਾਸ ਤੌਰ ਤੇ ਸ਼ੀਪ ਗੋਟ ਦੇ ਉੱਤੇ ਪ੍ਰੋਗਰਾਮ ਪੇਸ਼ ਕਰ ਰਹੇ ਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਰਿਸਰਚ ਹੋ ਰਹੀ ਹੈ ਕਿਸ ਤਰ੍ਹਾਂ ਕਿਹੜੀ ਕਿਹੜੀ ਨਸਲਾ ਨੇ ਇਹਨਾਂ ਦੀ ਨਸਲ ਨੂੰ ਕਿਵੇਂ ਵਧਾਇਆ ਜਾ ਰਿਹਾ ਹੈ ਇਹ ਸਾਰੀ ਗੱਲਾਂ ਅਸੀਂ ਮਾਹਿਰ ਨੂੰ ਪੁੱਛਦੇ ਆ ਮਰ ਇਮਰਾਨ ਮੋਸਨ ਸਾਹਿਬ ਅਸੀਂ ਤੁਹਾਡੇ ਅਧਾਰੇ ਚ ਆਏ ਆ ਐਵੇਂ ਪਿੱਛੇ ਦੇਖ ਰਹੇ ਆ ਭੇਡ ਬੱਕਰੀਆਂ ਇਹ ਜਿਹੜੀ ਇਹ ਪਿੱਛੇ ਕਿਹੜੀ ਨਸਲ ਹੈ ਜਿਹੜੇ ਚਰਾਈ ਕਰ ਰਹੇ ਐ ਸਾਡੇ ਪਿੱਛੇ ਜਿਹੜੀ ਤੁਸੀਂ ਜਾਨਵਰ ਦੇਖ ਰਹੇ ਹੋ ਇਹ ਪੰਜਾਬ ਦੀ ਦੇਸੀ ਭੇਡ ਹੈ ਇਹਨੂੰ ਅਸੀਂ ਲੋਹੀ ਕਹਿੰਦੇ ਆ ਜਾਂ ਇਹਦਾ ਦੂਸਰਾ ਨਾਮ ਪਰ ਕੰਨੀ ਜਾਂ ਦੇਸੀ ਭੇਡਨ ਕਹਿੰਦੇ ਆ ਔਰ ਇਹ ਗੋਸ਼ਤ ਦੀ ਪੈਦਾਵਾਰ ਦੇ ਲਿਹਾਜ਼ ਨਾਲ ਗੋਸ਼ਤ ਦੀ ਪੈਦਾਵਾਰ ਦੇ ਲਿਹਾਜ਼ ਨਾਲ ਜਿਹੜੇ ਫਾਰਮਰ ਇਹਨੂੰ ਪਾਲਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਇੱਕ ਬੜੀ ਅੱਛੀ ਆ ਫਾਇਦਾਮੰਦ ਨਸਲ ਹੋ ਸਕਦੀ ਹੈ ਜਿਹੜੀ ਉਹਨਾਂ ਦੇ ਕਾਰੋਬਾਰ ਨੂੰ ਵਿਦਾਨ ਦਬਾਈਸ ਬਣੇਗੀ ਤੇ ਡਾਕਟਰ ਸਾਹਿਬ ਇਹ ਜਿਹੜੇ ਬੱਚਾ ਜਿਹੜਾ ਇਹਦਾ ਇਹਦੀ ਪ੍ਰੋਡਕਸ਼ਨ ਕਿੰਨੀ ਹੈ ਜਿਹੜੀ ਫੀਮੇਲ ਹੈ ਉਹ ਕਿੰਨੇ ਬੱਚੇ ਦਿੰਦੀ ਹੈ ਸਾਲਾਨਾ ਇਹ ਜਾਨਵਰਾਂ ਦੇ ਵਿੱਚ ਤਕਰੀਬਨ 30% ਟਵਿਨ ਪੈਦਾ ਕਰਨ ਦੀ ਸਲਾਈਟ ਹੁੰਦੀ ਹੈ ਯਾਨੀ ਕਿ ਅਗਰ 100 ਪੇਡਾ ਨੇ ਤੁਹਾਡੇ ਕੋਲ ਤੇ ਉਹ ਜੋ ਤਕਰੀਬਨ 30 ਜਾਨਵਰ ਐਸੇ ਨੇ ਜਿਹੜੇ ਹਰ ਦਫਾ ਬੱਚਾ ਦੇਣਗੇ ਤੇ ਉਹ ਦੋ ਬੱਚੇ ਹੋਣਗੇ। ਤੋਂ ਇਸ ਤਰ੍ਹਾਂ ਇਹਨਾਂ ਇਸ 2 ਸਾਲ ਦੇ ਵਿੱਚ ਤਕਰੀਬਨ ਤਿੰਨ ਦਫਾ ਬੱਚੇ ਦੇ ਦਿੰਦੀਆਂ ਨੇ ਤੁਹਾਡੇ ਕੋਲ ਚਾਰ ਤੋਂ ਪੰਜ ਬੱਚੇ 2 ਸਾਲ ਦੇ ਵਿੱਚ ਇਹ ਪੈਦਾ ਕਰਦੀਆਂ ਨੇ। ਅੱਛਾ ਡਾਕਟਰ ਸਾਹਿਬ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਅਗਰ ਐਸ ਨਸਲ ਦੀ ਅਗਰ ਅਸੀਂ ਪੇਡਾ ਪਾਲੀਏ ਤੇ ਇਹ ਦੇਸੀ ਨਸਲ ਤੁਸੀਂ ਦੱਸਿਓ ਤੇ ਇਹਦੀ ਪ੍ਰੋਡਕਸ਼ਨ ਜ਼ਿਆਦਾ ਅਗਰ ਤੁਸੀਂ ਪੰਜਾਬ ਚ ਜਾਨਵਰਾਂ ਨੂੰ ਪਾਲ ਰਹੇ ਹੋ ਔਰ ਪੰਜਾਬ ਚ ਤੁਸੀਂ ਕਾਰੋਬਾਰ ਕਰ ਰਹੇ ਹੋ ਫਿਰ ਅਸੀਂ ਇਹੀ ਰეკਮੈਂਡ ਕਰਾਂਗੇ ਕਿ ਇਹ نسل ਨੂੰ ਪਾਲਿਆ ਜਾਏ ਕਿਉਂਕਿ ਇਹਦੇ ਤੇ ਫਾਰਮਰ ਨੂੰ ਅਖਰਾਜਾਤ ਘਟਾਣਗੇ ਬਿਮਾਰੀਆਂ ਦਾ ਸਾਹਮਣਾ ਇਹਨਾਂ ਜਾਨਵਰਾਂ ਨੂੰ ਘਟ ਕਰਨਾ ਪੈਂਦਾ ਹੈ ਔਰ ਗੋਸ਼ਤ ਦੀ ਪੈਦਾਵਾਰ ਨਿਸਬਤਨ ਮਹਾਨਾ ਦੇ ਬੜੋਤਰੀ ਦੀ ਸ਼ਰਾ ਜੜੀਏ ਉਸ ਬਾਕੀ نسلਾਂ ਨਾਲੋਂ ਜ਼ਿਆਦਾ ਹੁੰਦੀ ਪੰਜਾਬ ਦੇ ਅੰਦਰ अच्छा डॉक्टर साहब ये ऐसे देख रहे हैं कि जानवर जेड़े ने चारा खा रहे ने ए केड़ी किस्म दा चारा ਤੁਸੀਂ ਕਾਸ਼ ਕੀਤਾ ਔਰ ਕਿਹੜਾ ਸ਼ੌਕ ਨਾਲ ਖਾਂਦੇ ਨੇ ਉਹਦੇ ਨਾਲ ਪ੍ਰੋਡਕਸ਼ਨ ਵਧਦੀ। ਇਹ ਜਾਨਵਰ ਹਰਾ ਤੇ ਛੋਟੇ ਪੱਤਿਆਂ ਵਾਲਾ ਚਾਰਾ ਜਿਹੜਾ ਨੇ ਜ਼ਿਆਦਾ ਪਸੰਦ ਕਰਦੇ ਨੇ ਔਰ ਇਸ ਮੌਸਮ ਦੇ ਵਿੱਚ ਬਹਾਰ ਦੇ ਮੌਸਮ ਦੀ ਤੁਸੀਂ ਗੱਲ ਕਰੋ ਤੇ ਇਸ ਮੌਸਮ ਚ ਬਰਸੀਮ, ਲੂਸਨ, ਇਹ ਚਾਰੇ ਵਾਫੇ ਰੁਕਦੇ ਨੇ ਔਰ ਇਹ ਮਲਟੀ ਕਾਰਟੂਨ। ਇੱਕ ਵਾਰ ਤੁਸੀਂ ਚਰਾ ਇਹਨਾਂ ਨੂੰ ਕੱਟ ਲੈਂਦੇ ਹੋ ਦੁਬਾਰਾ ਪਾਣੀ ਦਿਓ ਫੇਰ ਉਹ ਗਾਉਂਦੇ ਨੇ। ਤੇ ਇਹ ਜਾਨਵਰਾਂ ਦੇ ਇਸ ਮੌਸਮ ਦੇ ਵਿੱਚ ਅਗਰ ਇਹ ਚਾਰਾ ਇਹਨਾਂ ਨੂੰ ਮਖसूस ਤਰੀਕੇ ਨਾਲ ਫੈਂਸਿੰਗ ਕਰਕੇ ਛੋਟੇ-ਛੋਟੇ ਟੁਕੜਿਆਂ ਚਕ ਤਕਸੀਮ ਕਰਕੇ ਖਿਲਾਇਆ ਜਾਏ ਇਹ ਜਾਨਵਰ ਬੜੇ ਸ਼ੌਕ ਨਾਲ ਉਹਨੂੰ ਖਾਂਦੇ ਵੀ ਨੇ ਤੇ ਉਹਨਾਂ ਦੇ ਵਿੱਚ ਬੜ੍ਹੋਤਰੀ ਵੀ ਜ਼ਿਆਦਾ ਹੁੰਦੀ ਏ ਉਹਨਾਂ ਦੇ ਵਿੱਚ ਪੇਟ ਦੇ ਕੀੜਿਆਂ ਦਾਸਰ ਘਟ ਹੁੰਦਾ ਔਰ ਜਾਨਵਰ ਦੀ ਫੀਡ ਦੇ ਉੱਤੇ ਤੁਹਾਡਾ ਨਿਸਬਤਨ ਜਿਹੜੇ ਟੋਟਲ ਖਰਾਜਾਤ ਨੇ ਉਹ ਵੀ ਘਟ ਹੋ ਜਾਂਦੇ ਨੇ ਤੇ ਇਹ ਅੱਜ ਕੱਲ ਇਹਨਾਂ ਨੂੰ ਚराई ਜ਼ਿਆਦਾ ਤੋਂ ਜ਼ਿਆਦਾ ਕਰਵਾਨੀ ਚਾਹੀਦੀ ਏ ਔਰ ਇਹ ਚਾਰਾ ਵੀ ਅਵੇਲੇਬਲ ਏ ਤੇ ਸਾਡੇ ਫਾਰਮਰ ਜੀਨਾਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਏ ਉਹਨਾਂ ਦੇ ਖਰਚੇ ਵੀ ਘੱਟ ਹੋਣਗੇ ਔਰ ਇਹਨਾਂ ਚ ਨਸ਼ਨਮਾ ਵੀ ਜ਼ਿਆਦਾ ਬਿਹਤਰ ਆਏਗੀ ਅੱਛਾ ਡਾਕਟਰ ਸਾਹਿਬ ਇੱਕ ਬੜਾ ਜ਼ਰੂਰੀ ਸਵਾਲ ਏ ਕਿ ਮੁਖਤਲਫ ਨਸਲਾਂ ਦੇ ਤੁਹਾਡੇ ਜਿਹੜੇ ਨੇ ਬੱਕਰੇ ਛਤਰੇ ਬکریاں ਭੇਡਾਂ ਇਹ ਡਿਫਰੈਂਟ ਨੇ ਤੇ ਇਹਨਾਂ ਦੇ ਵਿੱਚ ਯਾਨੀ ਜਿੱਥੇ ਸਿਹਤ ਏ ਉੱਥੇ ਬਿਮਾਰੀ ਵੀ ਏ ਤੇ ਅਗਰ ਇਹ ਦੇਸੀ ਨਸਲ ਜਿਹੜੀ ਹੈ ਸਾਡੇ ਪਿੱਛੇ ਮੇਰਾ ਕੈਮਰਾ ਦਿਖਾ ਰਿਹਾ ਹੈ ਅਗਰ ਇਹ ਪਾਲਿਆ ਜਾਂਦੇ ਤੇ ਇਹਦੇ ਚ ਕੀ ਦੂਸਰੀ ਨਸਲਾਂ ਤੋਂ ਮਤਲਬ ਨਿਸਬਤ ਇਹਨਾਂ ਦੇ ਵਿੱਚ ਬਿਮਾਰੀ ਘਟੇ ਤੁਹਾਡਾ ਸਵਾਲ ਬੜਾ ਅੱਛਾ ਹੈ ਵੈਸੇ ਅਗਰ ਕਿਸੇ ਜਾਨ ਨੂੰ ਪੁੱਛਿਆ ਜਾਏ ਕਿ ਸਭ ਤੋਂ ਅੱਛੀ ਬਰੀਡ ਕਿਹੜੀ ਹੈ ਤੇ ਉਹਦਾ ਜਵਾਬ ਹੈ ਹੋਏਗਾ ਕਿ ਦੁਨੀਆ ਚ ਕੋਈ ਵੀ ਅੱਛੀ ਸਭ ਤੋਂ ਅੱਛੀ ਬਰੀਡ ਕਿਸੇ ਨੂੰ ਨਹੀਂ ਕਹਿ ਸਕਦੇ ਐਸਾ ਇਹਦੇ ਅਨਸਾਰ ਹੈ ਇਸ ਗੱਲ ਤੇ ਹੁੰਦਾ ਹੈ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦਾ ਕਾਰੋਬਾਰ ਕਰ ਰਹੇ ਹੋ ਔਰ ਉਸ ਇਲਾਕੇ ਦੇ ਵਿੱਚ ਜਿਹੜੇ ਉੱਥੇ ਦੇ ਲੋਕਲ ਜਾਨਵਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਦੇਸੀ ਜਾਨਵਰ ਕਹਿੰਦੇ ਆ ਅਗਰ ਉਹਨਾਂ ਨੂੰ ਪਾਲਿਆ ਜਾਏ ਤੇ ਉਹਨਾਂ ਦੀ ਨਸ਼ਨਮਾਜ਼ ਤੇਜ਼ ਹੁੰਦੀ ਏ ਔਰ ਫਾਰਮਰ ਵਾਸਤੇ ਉਹ ਫਾਇਦਾਮੰਦ ਹੁੰਦਾ ਤੇ ਖਰਚਾ ਘੱਟ ਹੁੰਦਾ ਤੁਸੀਂ ਆਪਣੇ ਸ਼ੌਕ ਦੀ ਖਾਤਰ ਤੁਸੀਂ ਦੂਸਰੀ ਨਸਲਾਂ ਵੀ ਪਾਲ ਸਕਦੇ ਹੋ ਹਾਰ ਇਲਾਕੇ ਦੀ ਮناسبਤ ਨਾਲ ਉਹਦੇ ਮੌਸਮ ਦੇ ਨਾਲ ਅੱਲਾਹ ਤਾਲਾ ਨੇ ਮਖਤਲਿਫ ਨਸਲਾਂ ਪੈਦਾ ਕੀਤੀਆਂ ਨੇ ਜਿਹੜੀਆਂ ਉਸ ਇਲਾਕੇ ਵਾਸਤੇ ਮੌਜੂਦ ਨੇ ਤੇ ਜਿਹੜੇ ਇਲਾਕੇ ਤੁਸੀਂ ਪਾਰ ਲਿਓ ਉੱਥੇ ਦੇ ਉੱਥੇ ਦੇ ਜਾਨਵਰ ਨੂੰ ਪਹਿਲੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਦੇ ਤੇ ਤੁਹਾਡੇ ਖਰਚਾਜਤ ਵੀ ਘਟ ਜਾਣਗੇ ਔਰ ਉਹਨਾਂ ਨੂੰ ਬਿਮਾਰੀਆਂ ਵਗੈਰਾ ਦਾ ਸਾਹਮਣਾ ਜਿਹੜਾ ਉਹ ਘੱਟ ਤੋਂ ਘੱਟ ਕਰਨਾ ਪਏਗਾ ਜਿਦੀ ਵਜ੍ਹਾ ਤੂੰ ਓਵਰਆਲ ਫਾਰਮਰ ਦਾ ਜਿਹੜਾ ਮੁਨਾਫਾ ਹੈ ਉਹ ਵੱਧ ਜਾਏਗਾ ਤੇ ਔਰ ਜ਼ਿਆਦਾ ਬਿਹਤਰ ਹੈ ਕਿ ਫਾਰਮਰ ਜਦੋਂ ਵੀ ਇਹ ਨਵਾਂ ਕੰਮ ਸ਼ੁਰੂ ਕਰਨ ਲੱਗਣ ਜਿਹੜੇ ਉਸ ਸ਼ੋਬੇ ਦੇ ਮਾਹਿਰ ਨੇ ਉਹਨਾਂ ਨਾਲ ਪਹਿਲੇ ਇੱਕ ਦਫਾ مشورہ ਜ਼ਰੂਰ ਕਰ ਲੈਣ ਤਾਂ ਕਿ ਉਹ ਤੁਹਾਨੂੰ ਕੁਝ ਸੁਨਹਿਰੀ ਅਸੂਲ ਬੁਨਿਆਦੀ ਗੱਲਾਂ ਦੱਸ ਦੇਣ ਜਿਹੜੀਆਂ ਕਿ ਦਾਰ ਡੇਪ ਕਾਰੋਬਾਰ ਦੇ ਇਬਤਦਾਈ ਤੌਰ ਤੇ ਮੁਨਾਫਾ ਬਖਸ਼ ਸਟਾਰਟ ਵਾਸਤੇ ਬੜਾ ਬਿਹਤਰ ਹੋਏਗਾ ਅੱਛਾ ਡਾਕਟਰ ਸਾਹਿਬ ਤੁਸੀਂ ਹੁਣ ਇਹ ਇਰਸ਼ਾਦ ਫਰਮਾਇਆ ਕਿ ਅਗਰ ਕੋਈ ਇਸ ਸ਼ੋਬੇ ਚ ਆਣਾ ਚਾਹਵੇ ਬਤੌਰ ਕਾਰੋਬਾਰ ਤੇ کیا ਤੁਹਾਡਾ ਜਿਹੜਾ ਆਧਾਰਾ ਹੈ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਸ ਇੱਥੇ ਕੋਈ تربیت ਵੀ ਦਿੱਤੀ ਜਾਂਦੀ ਹੈ ਜਿਹੜੇ ਲੋਕ ਜਾਨਵਰਾਂ ਦਾ ਸ਼ੌਕ ਰੱਖਦੇ ਹੋਣ ਪਾਲਣਾ ਚਾਹੁੰਦੇ ਹੋ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਛੋਟਾ ਜਿਹਾ ਰਿਸਰਚ ਫਾਰਮ ਹੈ ਔਰ ਇਹਦਾ ਬੁਨਿਆਦੀ ਮਕਸਦ ਹੀ ਹੈ ਕਿ ਫਾਰਮਰ ਨੂੰ ਬੁਨਿਆਦੀ تربیت ਦੇਣਾ ਉਹਨੂੰ ਮਫੀਦ مشورے ਦੇਣਾ ਤਾਂ ਕਿ ਉਹ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਵੀ ਕਰ ਸਕਣ ਔਰ ਉਹਨੂੰ ਇbtedਾਈ ਗੱਲਾਂ ਦਸਤੀਆਂ ਕਿ ਕਾਰੋਬਾਰ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਉਹਦੀ ਇbtedਾਈ ਤਖਮੀਨ ਅਸੀਂ ਉਹਨਾਂ ਨੂੰ ਬਣਾ ਕੇ ਦਿੰਨੇ ਆ ਉਹਨਾਂ ਦੀ ਟ੍ਰੇਨਿੰਗ ਕਰਵਾ ਕੇ ਨੇ ਇਹ ਟ੍ਰੇਨਿੰਗ ਵੈਸੇ ਵਕਤਨ ਫੋ ਵਕਤਨ ਇਹ ਰੂਟੀਨ ਚ ਚਲਦੀ ਰਹਿੰਦੀਆਂ ਨੇ ਲੇਕਿਨ ਅਗਰ ਕੋਈ ਜੇ ਫਾਰਮਰ ਆ ਵੈਸੇ ਟ੍ਰੇਨਿੰਗ ਕਰਨਾ ਚਾਹੇ ਉਹ ਸਾਡੇ ਨਾਲ رابطہ ਕਰੇ ਉਹਨੂੰ ਅਸੀਂ ਫ੍ਰੀ ਆਫ ਕਾਸਟ ਇੱਥੇ ਟ੍ਰੇਨ ਵੀ ਕਰਾਂਗੇ ਉਹਨੂੰ ਕੰਮ ਕਰਨ ਦਾ ਮੌਕਾ ਵੀ ਦਾਂਗੇ ਉਹਨੂੰ ਮੁਫੀਦ مشورے ਵੀ ਦਾਂਗੇ ਔਰ ਜਿਹੜੀ ਵੀ ਉਹਦੇ ਜ਼ਰੂਰੀ ਸਵਾਲ ਨੇ ਉਹਦੇ ਜ਼ਿਹਨ ਚ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇੱਥੇ ਉਹਨੂੰ ਜਿੰਨੇ ਜ਼ਿਆਦਾ ਸਾਡੇ ਮਾਹੌਲ ਦੇ ਮੁਤਾਬਿਕ ਬਿਹਤਰ مشورے ਹੋ ਸਕਦੇ ਨੇ ਉਹਸੀਂ ਦਾਂਗੇ ਔਰ ਇਸ ਵਾਸਤੇ ਬੜਾ ਜ਼ਰੂਰੀ ਲਾਸ਼ਟ੍ਰਕ ਡਿਪਾਰਟਮੈਂਟ ਦੇ ਆਪਣੇ ਵੀ ਹੈਲਪਲਾਈਨ ਨੇ ਉਹਦੇ ਤੇ رابطہ ਕੀਤਾ ਜਾ ਸਕਦਾ ਹੈ ਜਿਹੜੇ ਕੋਈ ਫਾਰਮਰ ਸਾਡੇ ਕਰੀਬ ਨੇ ਸਾਡੇ ਕੋਲ ਆ ਕੇ ਸਾਡੇ ਵਟਸਐਪ ਤੇ ਇਸ ਤੋਂ ਇਲਾਵਾ ਸਾਡੀ ਯੂਨੀਵਰਸਿਟੀ ਦੀ ਆਪਣੀ ਵੀ ਇੱਕ 24/7 ਸਰਵਿਸ ਹੈ ਜਿੱਦੇ ਤੇ ਫੋਨ ਨੰਬਰ ਕਰਕੇ ਫੋਨ ਤੇ ਮਾਲੂਮਤ ਲੈ ਸਕਦੇ ਨੇ ਜਾਂ ਬਿਲ ਮੁਸ਼ਾਫਾ ਇੱਥੇ ਆ ਕੇ ਮੀਟਿੰਗਸ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਸਰਵਿਸਿਜ਼ ਪ੍ਰੋਵਾਈਡ ਕਰਾਂਗੇ अच्छा डॉक्टर साहब ਗੱਲ ਹੋ ਰਹੀ ਸੀ ਗਰੇਜ਼ਿੰਗ ਦੀ ਇਹ ਸਾਰਾ ਚਾਰਾ ਜਿਹੜਾ ਹੈ ਨੈਚੁਰਲ ਉੱਗਿਆ ਹੈ ਤੇ ਇਹਦੇ علاوہ ਵੀ ਤੁਸੀਂ ਖੁਰਾਕ ਦੇ ਤੌਰ ਤੇ ਜਾਂ ਬेटर ਰਿਜ਼ਲਟ ਲੈਣ ਲਈ ਕੁਝ ਹੋਰ ਵੀ ਦਿੰਦੇ ਹੋ ਇਹਨਾਂ ਨੂੰ ਅਗਰ ਅਸੀਂ ਖੁਰਾਕ ਜਾਨਵਰ ਨੂੰ ਦੀ ਫਾਰਮਿੰਗ ਕਰਨ ਦੇ ਵੇਲੇ ਜਿਹੜਾ ਸਭ ਤੋਂ ਵੱਡਾ ਖਰਚਾ ਹੁੰਦਾ ਉਹਦੀ ਖੁਰਾਕ ਦਾ ਹੁੰਦਾ ਔਰ ਖੁਰਾਕ ਦੋ ਹਿੱਸਿਆਂ ਤੇ مشتمل ਹੁੰਦੀ ਹੈ ਇੱਕ ਸਬਜ਼ ਚਾਰਾ ਇਹ ਆ ਖੁਸ਼ਕੀ ਤੋਆਇਆ ਚਾਰਾ اور ਦੂਸਰਾ ਉਹਦੇ ਵੰਡੇ ਵੰਡੇ ਦੇ ਅਜਜ਼ਾਬ ਹੁੰਦੇ ਨੇ ਜਿਹੜੇ ਜਾਨਵਰਾਂ ਨੂੰ ਅਸੀਂ ਈਦ ਤੇ ਵੇਚਣਾ ਹੁੰਦਾ ਹੈ ਗੋਸ਼ ਵਾਸਤੇ ਫਰਬਾ ਕਰਨਾ ਹੁੰਦਾ ਫੈਟ ਨਹੀਂ ਕਰਨਾ ਹੁੰਦਾ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਨੂੰ ਇਹ ਸਬਜ਼ ਚਾਰੇ ਦੇ ਨਾਲ ਨਾਲ ਜਿਹੜਾ ਥੋੜੀ ਮਿqdਾਰ ਦੇ ਵਿੱਚ ਉਹਨਾਂ ਦੀ ਜਿਸਮ ਦੀ ਮਿਨਰਲਸ ਵਿਟਾਮਿਨ ਦੀ ਜ਼ਰੂਰੀਅਤ ਪੂਰੀ ਕਰਨ ਵਾਸਤੇ ਥੋੜਾ ਜਿਹਾ ਉਹਨਾਂ ਨੂੰ ਵੰਡਾ ਵੀ ਉਹਨਾਂ ਦੀ ਖੁਰਾਕ ਦਾ ਹਿਸਾਬ ਬਣਾਇਆ ਹੁੰਦੇ ਉਹਦੇ ਵਾਸਤੇ ਆਵੇ ਕਿ ਜਦੋਂ ਅਸੀਂ ਵੰਡਾ ਜ਼ਿਆਦਾ ਖਿਲਾਣੇ ਆ ਉਹਦੇ ਦੀ ਥੋੜੀ ਜੀ ਸਾਡੀ ਕਾਸਟ ਵਧ ਜਾਂਦੀ ਹੈ ਲੇਕਿਨ ਅਗਰ ਤੁਸੀਂ ਇਹਨੂੰ ਇੱਕ ਪੇਪਰ ਤੇ ਡਿਜ਼ਾਈਨ ਕਰ ਲਿਆ ਜਾਏ ਕਿ ਅਸੀਂ ਇੰਨਾ ਖਿਲਾਣਾ ਹੈ ਜਾਨਵਰ ਦੀ ਜ਼ਰੂਰਤ ਇੰਨੀ ਹੈ ਤੇ ਉਹਦੇ ਨਾਲ ਓਵਰਆਲ ਜਾਨਵਰ ਦੀ ਗਰੋਥ ਉਨੀ ਵਧ ਜਾਏਗੀ ਔਰ ਤੁਹਾਡਾ ਖਰਚਾ ਜਿਹੜਾ ਹੈ ਉਹ ਨਿਸਪਤਨ ਘਟ ਹੋ ਜਾਏਗਾ ਯਾਨੀ ਤੁਸੀਂ ਮੁਨਾਫੇ ਜਾਗੇ ਤੇ ਥੋੜਾ ਵੰਡੇ ਦੀ ਵੀ ਜ਼ਰੂਰਤ ਹੁੰਦੀ ਹੈ ਸਾਰਾ ਸਾਲ ਤੇ ਨਹੀਂ ਜਿਸ ਸਾਲ ਜਿਸ ਵੇਲੇ ਚਾਰੇ ਥੋੜਾ ਕਟ ਅੱਛੀ ਕੁਆਲਿਟੀ ਦਾ ਹੋਵੇ ਮੌਸਮ ਜ਼ਿਆਦਾ ਖੁਸ਼ਕ ਹੋਵੇ ਉਸ ਵੇਲੇ ਜਾਂ ਜਾਨਵਰ ਜਿਹਦਾ ਸੂਨ ਵਾਲਾ ਹੋਵੇ ਜਾਂ ਜਿਹਦਾ ਉਹਨੂੰ ਤੁਸੀਂ ਈਦ ਮਾਰਕੀਟ ਕਰਨਾ ਹੋਵੇ ਉਸ ਤੋਂ ਪਹਿਲੇ ਉਹਨੂੰ ਵੰਡਾ ਖਿਲਾਨ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਜਾਨਵਰ 'ਚ ਇੱਕ ਖੂਬਸੂਰਤ ਚਮਕ ਆ ਜਾਏ ਉਹ ਗੋਲ ਮਟੋਲ ਹੋ ਜਾਏ ਖੂਬਸੂਰਤ ਹੋ ਜਾਏ ਔਰ ਉਹਦੀ ਜ਼ਿਆਦਾ ਕੀਮਤ ਫਾਰਮਰ ਨੂੰ ਮਿਲ ਸਕੇ ਅੱਛਾ ਡਾਕਟਰ ਸਾਹਿਬ ਇਹ ਬਰੀਡ ਦਾ ਕੀ ਨਾਮ ਹੈ ਇਸ ਬਰੀਡ ਨੂੰ ਲੋਹੀ ਕਹਿੰਦੇ ਨੇ ਕਿਤਾਬਾਂ ਜਿਹਦਾ ਨਾਮ ਲੋਹੀ ਲਿਖਿਆ ਹੈ ਔਰ ਇਹਨੂੰ ਆਮ ਜ਼ੁਬਾਨ ਦੇ ਵਿੱਚ ਪਰਕੰਨੀ ਪੇੜ ਜਾਂ ਦੇਸੀ ਪੇੜ ਕਹਿੰਦੇ ਨੇ ਤੇ ਇਹ ਡਾਕਟਰ ਜਿਹੜਾ ਪਰਕੰਨੀ ਹੈ ਕਿਉਂ ਕਿਹਾ ਜਾਂਦਾ ਐਦਾ ਕੰਨ ਤੇ ਮੂੰਹ ਲਾਲ ਰੰਗ ਦੇ ਹੁੰਦੇ ਨੇ ਉਹਦੇ ਕਾਨੇ ਦੇ ਉੱਤੇ ਇੱਕ ਬੜੀ ਮਹਿਸੂਸ ਇੱਕ ਉਭਾਰ ਬਣਿਆ ਹੁੰਦਾ ਇੱਕ ਇਹਨੂੰ ਕਹਿ ਲਓ ਕਿ ਕੰਨ ਦੇ ਉੱਤੇ ਇੱਕ ਹੋਰ ਛੋਟਾ ਜਿਹਾ ਕੰਨ ਬਣਿਆ ਹੁੰਦਾ ਐਸ ਛੋਟੇ ਕੰਨ ਨੂੰ ਕਹਿੰਦੇ ਨੇ ਪਰਕੰਨ ਤੇ ਇਹਨੂੰ ਐਸ ਪਰਕੰਨ ਦੀ وجہ ਤੋਂ ਐਸ ਪੇੜ ਦਾ ਇੱਕ ਹੋਰ ਨਾਮ ਹੈ ਪਰਕੰਨੀ ਜਿਹੜਾ ਕਿ ਬੜਾ ਮਸ਼ਹੂਰ ਹੈ ਪਰਕੰਨੀ ਪੇੜ ਕਿਉਂਕਿ ਇਹਦੇ ਕੰਨ ਦੇ ਉੱਤੇ ਇੱਕ ਹੋਰ ਪਰਕੰਨ ਬਣਿਆ ਹੁੰਦਾ ਦੇ ਡਾਕਟਰ ਸਾਹਿਬ ਐਸੋਲਾ ਇਹਦਾ ਸਿਚੇਰਾ ਦੇਖ ਰਹੇ ਸਾਰਾ ਤੇ ਇਹ ਐਸੇ ਹੀ ਕਲਰ ਦੇ ਵਿੱਚ ਸਾਰੇ ਜਾਨਵਰ ਪਾਏ ਜਾਂਦੇ ਨੇ ਜੀ ਹਾਂ ਜੀ ਇਹ ਬਰਾਊਨ ਤੋਂ ਲਾਲ ਕਲਰ ਦਾ ਇਹਨਾਂ ਦਾ ਮੂੰਹ ਹੁੰਦਾ ਹੈ ਕੰਨ ਵੀ ਤੇ ਮੂੰਹ ਵੀ ਔਰ ਬਾਕੀ ਸਾਰਾ ਜਿਸਮ ਜਿਹੜਾ ਇਹਨਾਂ ਦਾ ਆਫ ਵਾਈਟ ਕਲਰ ਦੀ ਉਹਨੂੰ ਹੁੰਦੀ ਹੈ ਔਰ ਇਹਨਾਂ ਦੀ ਖਾਸ ਪਹਿਚਾਨ ਹੈ ਕਿ ਐ ਦੇ ਬਰੀਡ ਦੀ ਪਹਿਚਾਨ ਦੇ ਕਰੈਕਟਰ ਨੇ ਕੰਨ ਤੇ ਮੂੰਹ ਲਾਲ ਆਫ ਵਾਈਟ ਕਲਰ ਔਰ ਦਰਮਿਆਨੇ ਸਾਈਜ਼ ਦੀ ਐ ਪੇਡ ਹੁੰਦੀ ਹੈ گوشਤ ਦੇ ਪੈਦਾਵਾਰ ਦੇ ਹਵਾਲੇ ਨਾਲ ਬੜੀ ਅੱਛੀ ਜਾਣੀ ਹੈ ਔਰ ਇਹਦਾ ਟੇਸ ਬਹੁਤ ਅੱਛਾ ਹੁੰਦਾ ਹੈ ਇਹਦਾ ਪਲਾਉ ਮੀਟ ਬਹੁਤ ਹੀ ਮਜ਼ੇਦਾਰ ਔਰ ਹਾਲਾ ਕੁਆਲਟੀ ਦਾ ਹੁੰਦਾ। ਨਾਜ਼ਰੀਨ ਇਹ ਤੁਸੀਂ ਫੈਂਸਿੰਗ ਦੇਖ ਰਹੇ ਹੋ ਇਹਦੇ ਵਿੱਚ ਕਰੰਟ ਮੌਜੂਦ ਹੈ 12 ਵੋਲਟ ਦੀ ਬੈਟਰੀ ਦੇ ਨਾਲ ਔਰ ਇਹ ਮੈਂ ਹੱਥ ਲਗਾ ਲਗਾ ਤੇ ਜਨਾਬ ਇਹਦੇ ਵਿੱਚ ਕਰੰਟ ਮੌਜੂਦ ਹੈ। ਇਹ ਕਿਉਂ ਲਗਾਈ ਜਾਂਦੀ ਹੈ ਡਾਕਟਰ ਸਾਹਿਬ ਇਹ ਜਾਨਵਰਾਂ ਨੂੰ ਇੱਕ ਖਾਸ ਪੈਡਿਕ ਦੇ ਵਿੱਚ ਰੱਖਣ ਵਾਸਤੇ ਕਿ ਸਿਰਫ ਉਹਨੇ ਏਰੀਆ ਦੇ ਵਿੱਚ ਜਾਨਵਰ ਗਰੇਜ਼ਿੰਗ ਕਰਦੇ ਰਹਿਣ ਔਰ ਬਾਕੀ ਚਾਰੇ ਨੂੰ ਖਰਾਬ ਨਾ ਕਰਨ ਜਦੋਂ ਉਥੋਂ ਜੇ ਗਰੇਜ਼ਿੰਗ ਕਰ ਲੈਣ ਫਿਰ ਉਹਨਾਂ ਨੂੰ ਫਿਰ ਅਗਲੇ ਹਿੱਸੇ 'ਚ ਫੈਂਸ ਦੁਬਾਰਾ ਲਗਾ ਕੇ ਫਿਰ ਦੁਬਾਰਾ ਇਹਨਾਂ ਨੂੰ ਉਥੇ ਸ਼ਿਫਟ ਕਰੀਦਾ ਐ ਇਸ ਤਰ੍ਹਾਂ ਪਿਛਲੇ ਚਾਰੇ ਜਿੱਥੇ ਉਹਨਾਂ ਨੇ ਪਹਿਲੇ ਚਰਾਇ ਕੀਤੀ ਹੁੰਦੀ ਹੈ ਉਸ ਹਿੱਸੇ ਦੇ ਚਾਰੇ ਨੂੰ ਦੁਬਾਰਾ ਗਰੋ ਕਰਨ ਦਾ ਮੌਕਾ ਮਿਲ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਥੋੜੇ ਚਾਰੇ 'ਚ ਥੋੜੇ ਰਕਬੇ 'ਚ ਜ਼ਿਆਦਾ ਜਾਨਵਰਾਂ ਦੀ غذਾਈ ਜ਼ਰੂਰਤ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ ਔਰ ਤੁਹਾਨੂੰ ਲੇਬਰ ਦੀ ਵੀ ਜ਼ਰੂਰਤ ਘੱਟ ਤੋਂ ਘੱਟ ਪੈਂਦੀ ਹੈ ਕਿਉਂਕਿ ਜਾਨਵਰ ਐ ਫੈਂਸ ਦੇ ਡਰ ਨਾਲ ਇੱਕ ਖਾਸ ਬਾਉਂਡਰੀ ਤੋਂ ਬਾਹਰ ਜਾਣ ਦੀ ਹਿੰਮਤ ਨਹੀਂ ਕਰਦਾ ਅਸਟ ਡਾਕਟਰ ਸਾਹਿਬ ਇਹ ਕਿਹੜੀ ਬਰੀਡ ਹੈ ਇਹ ਡੀਡੀਪ ਦਾਇਰਾਦੀਨ ਪਨਾ ਨਸਲੇ ਦੇ ਜਾਨਵਰ ਨੇ ਸਾਡੇ ਜਨੂਬੀ ਪੰਜਾਬ ਚ ਉੱਚ ਸ਼ਰੀਫ ਦੇ ਇਲਾਕੇ ਦੇ ird gird ਇਹ ਬਰੀਡ ਜ਼ਿਆਦਾ ਪਾਈ ਜਾਂਦੀ ਏ ਇਹ ਸਖਤ ਜਾਨ ਨੇ ਔਰ ਉਥੇ ਦੇ ਲੋਕਾਂ ਵਾਸਤੇ ਇਹ ਦੁੱਧ ਦਾ ਇੱਕ ਵੱਡਾ ਜ਼ਰੀਆ ਨੇ ਇਹ ਜਾਨਵਰ ਕਦ ਕਾਟ ਦੇ ਲਿਹਾਜ਼ ਨਾਲ ਵੱਡੇ ਹੁੰਦੇ ਨੇ ਔਰ ਇਹਨਾਂ ਦੇ ਜਿਸਮ ਤੇ ਇਹ ਲੰਬੇ ਬਾਲ ਪਾਏ ਜਾਂਦੇ ਨੇ ਜਿਹਨੂੰ ਮੁਹੇਰ ਕਹਿੰਦੇ ਨੇ ਉਹ ਇਸ ਮੁਹੇਰ ਦੀਆਂ ਚਾਦਰਾਂ ਸ਼ਾਲਾਂ ਵੀ ਬਣਾਉਂਦੇ ਨੇ ਇਹ ਐਓ ਇਹ ਪੰਜਾਬ ਚ ਕਿਤੇ ਵੀ ਪਾਲੇ ਜਾਂਦੇ ਸੀ ਲੇਕਿਨ ਜ਼ਿਆਦਾਤਰ ਐਓ ਇਸ ਇਲਾਕੇ ਚ ਉਚ ਸ਼ਰੀਫ ਦੇ ਆਦਿ ਗਿਰ ਦੇ ਇਲਾਕੇ ਚ ਪਾਈ ਜਾਂਦੀ ਏ ਔਰ ਉਸ ਇਲਾਕੇ ਦੀ ਬੁਨਿਆਦ ਨਾਲ ਇਹਦਾ ਨਾਮ ਦਾਇਰਾਦੀਨ ਪਨਾ ਜਾਂ ਉਰਫੇ ਆਮ ਚ ਡੀ ਡੀ ਪੀ ਗੋਟ ਇਹਨੂੰ ਕਹਿੰਦੇ ਨੇ ਦਾਇਰਾਦੀਨ ਪਨਾ ਤੇ ਇਹ ਮੇਲ ਜਾਨਵਰ ਏ ਇਹ ਮੇਲ ਜਾਨਵਰ ਏ ਫਾਰਮ ਦੇ ਉੱਤੇ ਅਸੀਂ ਮੇਲ ਜਾਨਵਰ ਨੂੰ ਆਮ ਤੌਰ ਤੇ ਸਾਰਾ ਸਾਲ ਅਲੱਗ ਹੀ ਰੱਖਨੇ ਆ ਤਾਂ ਕਿ ਇਹ ਦੂਸਰੇ ਜਾਨਵਰ ਨਾਲ ਕਰਾਸ ਬਰੀਡਿੰਗ ਨਾ ਕਰਨ ਔਰ ਦੂਸਰਾ ਏ ਕਿ ਬਰੀਡਿੰਗ ਸਾਲ ਦੇ ਵਿੱਚ ਇੱਕ ਮਖਸੂਸ ਮਹੀਨੇ ਜੈਸੀ ਕਰਵਾਨੀਆਂ ਉਹਦਾ ਫਾਇਦਾ ਹੁੰਦਾ ਹੈ ਕਿ ਜਦੋਂ ਇਹਨਾਂ ਦੇ ਬੱਚੇ ਪੈਦਾ ਹੁੰਦੇ ਨੇ ਉਹ ਸਹੀ ਮੌਸਮ 'ਚ ਪੈਦਾ ਹੁੰਦੇ ਨੇ ਜਦੋਂ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਜ਼ਿਆਦਾ ਸਰਦੀ ਹੁੰਦੀ ਹੈ ਚਾਰਾ ਵਾਫਰ ਅਵੇਲੇਬਲ ਹੁੰਦਾ ਹੈ ਤੇ ਜਾਨਵਰਾਂ 'ਚ ਸ਼ਰਾਏ ਮਵਾਤ ਹੋਣ ਦੇ ਚਾਂਸਸ ਘੱਟ ਤੋਂ ਘੱਟ ਹੋ ਜਾਂਦੇ ਨੇ ਜੀ ਡਾਕਟਰ ਇਮਰਾਨ ਸਾਹਿਬ ਇਹ ਕਿਹੜੀ ਬਰੀਡ ਹੈ ਸਰ ਇਹ ਇੱਕ ਗੋਟ ਦੀ ਇੰਧਾਈ ਖੂਬਸੂਰਤ ਬਰੀਡ ਹੈ ਇਹਦਾ ਨਾਮ ਹੈ ਅੰਗੋਰਾ ਪਾਕਿਸਤਾਨ 'ਚ ਨੂੰ ਖਾਸ ਤੌਰ ਤੇ ਪਾਕ ਅੰਗੋਰਾ ਗੋਟ ਕਿਹਾ ਜਾਂਦਾ ਹੈ ਇਹ ਲਾਈਸਟਾਕ ਫਾਰਮਸ ਦੇ ਉਤੇ ਅਵੇਲੇਬਲ ਹੈ ਲੇਕਿਨ ਇਹ ਬੁਨਿਆਦੀ ਤੌਰ ਤੇ ਸੈਂਟਰਲ ਏਸ਼ੀਅਨ ਰਿਪਬਲਿਕਸ ਤੁਰਕੀ ਔਰ ਯੂ ਐਸ ਏ ਚ ਇਹ ਜਾਨਵਰ ਲਾ ਜਾ ਕੇ ਪਾਲੇ ਗਏ ਨੇ ਇਹ ਆਪਣੀ ਖੂਬਸੂਰਤੀ ਦੀ ਵਜ੍ਹਾ ਤੋਂ ਮਸ਼ਹੂਰ ਨੇ ਇਹਨਾਂ ਦੇ ਜਿਸਮ ਤੇ ਲੰਬੇ ਸਫੇਦ ਰੇਸ਼ਮੀ ਵਾਲ ਹੁੰਦੇ ਨੇ ਮੋਹੇਰ ਜਿਹੜੀ ਸ਼ਾਲਸ ਕੀਮਤੀ ਸ਼ਾਲ ਬਣਾ ਚ ਇਸਤੇਮਾਲ ਹੁੰਦੇ ਨੇ ਔਰ ਇਹ ਜਾਨਵਰ ਜਿਸ ਤਰ੍ਹਾਂ ਸਾਡੀ ਟੈਡੀ ਗੋਟ ਹੈ ਇਹਦੀ ਬੜੋਤਰੀ ਦੀ ਸ਼ਰਾ ਉਹਨਾਂ ਦੀ ਤਰ੍ਹਾਂ ਹੈ ਔਰ ਇਹਨਾਂ ਚ ਬੜੋਤਰੀ ਬਹੁਤ ਤੇਜ਼ ਹੈ ਬਿਮਾਰੀਆਂ ਇਹਨਾਂ ਨੂੰ ਸਭ ਤੋਂ ਘੱਟ ਲੱਗਦੀਆਂ ਨੇ ਔਰ ਇਹ ਖੂਬਸੂਰਤੀ ਵਾਸਤੇ ਫਾਰਮ ਦੇ ਉੱਤੇ ਪਾਲਣਾ ਪਾਲਣ ਚ ਪਾਲੋ ਤੇ ਬੜੀ ਖੂਬਸੂਰਤ ਲੱਗਦੇ ਨੇ ਔਰ ਗੋਸ਼ ਦੀ ਪੈਦਾਵਾਰ ਵੀ ਇਹਨਾਂ ਦੀ ਬੜੀ ਅੱਛੀ ਹੈ ਔਰ ਇਹ ਹਰ ਦਫਾ 2 3 ਬੱਚੇ ਜਦੋਂ ਵੀ ਇਹਨਾਂ ਦੀ ਫੀਮੇਲ ਸੁੰਦੀ ਹੈ 2 ਤੋਂ 3 ਬੱਚੇ ਦਿੰਦੀ ਹੈ ਔਰ ਉਹ ਜਲਦੀ ਨਾਲ ਵੱਧ ਜਾਂਦੇ ਇੱਕ ਦਰਮਿਆਨੇ ਸਾਈਜ਼ ਦੀ ਬਰੀਡ ਹੈ ਲੇਕਿਨ ਬਹੁਤ ਹੀ ਖੂਬਸੂਰਤ ਜਾਨਵਰ ਹੈ ਤੇ ਡਾਕਟਰ ਸਾਹਿਬ ਇਹ ਅਗੋਰਾ ਬਰੀਡ ਜਿਹੜੀ ਹੈ ਇਹਦਾ ਮੇਲ ਹੈ ਇਹ ਉਹਦਾ ਮੇਲ ਹੈ ਜਿਸਨੂੰ ਪਹਿਲੇ ਅਸੀਂ ਜ਼ਿਕਰ ਕੀਤਾ ਕਿ ਮੇਲ ਅਸੀਂ ਅਲੱਗ ਰੱਖਨੇ ਆ ਔਰ ਇਹ ਮੇਲ ਆਪਣੇ ਪੰਦੇ ਵਿੱਚ ਅਲੈਦਾ ਰਹਿੰਦੇ ਨੇ ਔਰ ਬਰੀਡਿੰਗ ਦੇ ਮੌਸਮ 'ਚ ਇਹਨਾਂ ਨੂੰ ਅਸੀਂ ਫੀਮੇਲ ਦੇ ਸ਼ੈੱਡ 'ਚ ਲੈ ਜਾਂਦੇ ਆ ਔਰ ਬਰੀਡਿੰਗ ਦਾ ਟਾਈਮ ਪੀਰੀਅਡ ਹੈ ਉੱਥੇ ਗੁਜ਼ਾਰਦੇ ਨੇ ਡਾਕਟਰ ਸਾਹਿਬ ਕੀ ਵਜੂਹਾ ਆ ਤੇ ਤੁਸੀਂ ਇਹਦੀ ਇੰਨੀ ਤਾਰੀਫਾਂ ਕਰ ਰਹੇ ਹੋ ਤੇ ਇਹ ਪਾਕਿਸਤਾਨ ਦੇ ਵਿੱਚ ਇਹਦੀ ਬਰੀਡ ਜਿਹੜੀ ਹੈ ਉਹ ਆਮ ਕਿਉਂ ਨਹੀਂ ਹੋਈ ਇਹ ਲਾਈਫਸਟਾਕ ਫਾਰਮਸ ਦੇ ਸੀ ਜੋ ਕਿ ਪਹਿਲੇ ਕਮਰਸ਼ੀਅਲ ਸ਼ੀਪ ਐਂਡ ਗੋਟ ਫਾਰਮਿੰਗ ਕਮਰਸ਼ੀਅਲ ਬੁਨਿਆਦਾਂ ਤੇ ਬਦਕਿਸਮਦੀ ਨਾਲ 19 ਜਿਆਦਾ ਤੇਜ਼ੀ ਨਾਲ ਤਰੱਕੀ ਨਹੀਂ ਕੀਤੀ ਜਿਉਂ ਜਿਉਂ ਇਹਦੀ ਕਮਰਸ਼ੀਅਲ ਹੋਏਗਾ ਇਹਦੀ ਬੜੋਤਰੀ ਔਰ ਇਹਦੀ ਫਰਾਵਾਨੀ ਜਿਹੜੀ ਇਹ ਫਾਰਮਰ ਤੱਕ ਵੱਧ ਜਾਏਗੀ ਔਰ ਫਾਰਮਰ ਇਨਸ਼ਾਅੱਲਾ ਇਹਨੂੰ ਬਹੁਤ ਪਸੰਦ ਕਰਨਗੇ ਡਾਕਟਰ ਇਮਰਾਨ ਸਾਹਿਬ ਇਹ ਕਿਹੜੀ ਬਰੀਡ ਹੈ ਬੱਕਰੀਆਂ ਦੀ ਇਹ ਸਾਡੇ ਦੇਸੀ ਬੱਕਰੀ ਹੈ ਪੰਜਾਬ ਦੀ ਔਰ ਇਹਨੂੰ ਅਸੀਂ ਬੀਤਲ ਗੋਟ ਕਹਿੰਦੇ ਆ ਇਹ ਪੰਜਾਬ ਚ ਮੁxtਲਿਫ ਕਲਰ ਚ ਪਾਈ ਜਾਂਦੀ ਹੈ ਕਲਰ ਦੀ ਬੁਨਿਆਦ ਤੇ ਇਹਨਾਂ ਦੇ ਮੁxtਲਿਫ ਨਾਮ ਨੇ ਮੱਖੀ ਚੀਨੀ ਵਾਈਟ ਕਲਰ ਦੀ ਨੁਕਰੀ ਔਰ ਇਹ ਫੈਸਲਾਬਾਦੀ ਬੀਤਲ اور গুজরাট ਦੇ ਇਲਾਕੇ ਦੇ ਵਿੱਚ ਲਾਲ ਤੇ ਸਫੇਦ ਕਲਰ ਦੀ ਪਾਈ ਜਾਂਦੀ ਇਹ ਸਾਡੀ ਬੇਸਿਕਲੀ ਬੀਤਲ ਗੋਟ ਹੈ ਜਿਹਨੂੰ ਅਸੀਂ ਦੇਸੀ ਬੱਕਰੀ ਕਹਿੰਦੇ ਹਾਂ ਇਹ ਜਿਹੜਾ ਅਸੀਂ ਗੋਸ਼ ਖਾਨੇ ਆ ਆਮ ਤੌਰ ਤੇ ਇਹਨਾਂ ਹੀ ਬੱਕਰੇ ਨਾ ਹੁੰਦਾ ਜੀ ਜੀ ਜਿਹੜਾ ਆਮ ਤੌਰ ਤੇ ਅਸੀਂ ਜਿਹੜਾ ਸਭ ਤੋਂ ਗੋਸ਼ ਦੇ ਜ਼ਾਇਕੇ ਦੇ لحاظ ਨਾਲ ਲذیذ ਸਮਝਿਆ ਜਾਂਦਾ ਹੈ ਸਾਡੇ ਮੁਲਕ ਦੇ ਵਿੱਚ ਉਹ ਇਹੀ ਦੇਸੀ ਬੱਕਰੀ ਦਾ ਹੁੰਦਾ ਈਤ ਤੇ ਇਹਨਾਂ ਦੇ ਹੀ ਜਾਨਵਰ ਸਭ ਤੋਂ ਜ਼ਿਆਦਾ ਕੀਮਤ ਦੇ ਹੁੰਦੇ ਨੇ ਜ਼ਿਆਦਾ ਖੂਬਸੂਰਤ ਹੁੰਦੇ ਨੇ ਔਰ ਜ਼ਿਆਦਾ ਤਾਦਾਦ ਚ ਇਹੀ ਹੁੰਦੇ ਨੇ ਔਰ ਸਭ ਤੋਂ ਗੋਸ਼ ਦੀ ਪੈਦਾਵਾਰ ਦੇ ਹਵਾਲੇ ਨਾਲ ਬੱਕਰੀਆਂ ਦੇ ਵਿੱਚੋਂ ਬੀਤਲ ਜਿਹੜੇ ਨੇ ਉਹ ਜ਼ਿਆਦਾ ਕੀਮਤੀ ਜਾਨਵਰ ਨੇ ਨਾਜ਼ਰੀਨ ਯਵਾਸ ਪੱਤੋ ਕੀ ਅਸੀਂ ਇੱਥੇ ਖੜੇ ਆਂ ਔਰ ਇਹਨਾਂ ਦਾ ਬੱਕਰੇ ਛਤਰੀਆਂ ਦਾ ਐਕਸਪੈਰੀਮੈਂਟਲ ਫਾਰਮ ਹੈ ਖਾਸ ਤੌਰ ਤੇ ਇੱਥੇ ਤਜਰਬਾ ਕੀਤਾ ਜਾ ਰਿਹਾ ਹੈ ਕਿ ਜਾਨਵਰਾਂ ਨੂੰ ਕਿਹੜੀ ਖੁਰਾਕ ਦਿੱਤੀ ਜਾਏ ਤੇ ਉਹਦੇ ਨਾਲ ਇਹਨਾਂ ਦੀ ਬੜੌਤਰੀ ਜਿਹੜੀ ਹੈ ਉਹ ਜ਼ਿਆਦਾ ਹੋ ਸਕੇ ਤੇ ਇਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਮੁਹੰਮਦ ਅਫਜ਼ਲ ਰਸ਼ੀਦ ਸਾਹਿਬ ਨਾਲ ਜਿਹੜੇ ਕਿ ਇਸ ਅਦਾਰੇ ਦੇ ਇੰਚਾਰਜ ਨੇ ਇਸ ਐਕਸਪੈਰੀਮੈਂਟਲ ਜਿਹੜਾ ਇੱਥੇ ਟ੍ਰਾਇਲ ਹੋ ਰਿਹਾ ਹੈ ਉਹਦੇ ਇਹ ਖੁਦ ਇਹਦੇ ਨਿਗਰਾਨ ਨੇ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਜਨਾਬ ਇਹ ਜਿਹੜਾ ਅਸੀਂ ਪਹਿਲਾ ਜਾਨਵਰ ਅਸੀਂ ਦੇਖ ਰਹੇ ਹਾਂ ਇਹਦਾ ਟ੍ਰਾਇਲ ਕਿਸ ਨਾਮ ਹੋ ਰਿਹਾ ਹੈ ਕਿਹੜੀ ਖੁਰਾਕ ਦਿੱਤੀ ਜਾ ਰਹੀ ਹੈ ਜੀ ਬਹੁਤ ਸ਼ੁਕਰੀਆ ਇੱਕ ਤੇ ਤੁਸੀਂ ਵਿਜ਼ਿਟ ਕੀਤਾ ਅ ਦੂਸਰਾ ਹੈ ਕਿ ਇਸ ਟ੍ਰਾਇਲ ਦੇ ਬਾਰੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ 4 ਸਾਲ ਦਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਸੀ ਖੁਰਾਕ ਬਣਾਈਏ ਫੈਟਨਿੰਗ ਵਾਸਤੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਗ੍ਰੋਥ ਰੇਟ ਆਂਦੇ ਨੇ ਉਹ ਅਸੀਂ ਕਿ ਇੱਥੇ ਲੈ ਸਕਨੇ ਆ ਆਪਣੀ ਬਰੀਡ ਤੋਂ ਪਹਿਲਾ ਹੈ ਸਾਡਾ ਆਬਜੈਕਟਿਵ ਸੀ ਤੇ ਅਲhamdulillah ਅਸੀਂ 3 ਤੀਸਰੇ ਸਾਲ ਦੇ ਵਿੱਚ ਅ ਚੌਥਾ ਸਾਲ ਸਾਡਾ ਚੱਲ ਰਿਹਾ ਹੈ ਅਚ ਅਸੀਂ ਤੂੜੀ ਜਵੀ ਰੋਸ ਗਰਾਸ ਨੂੰ ਟੈਸਟ ਕੀਤਾ ਹੈ ਤੇ ਇਹਦੇ ਚ ਅਸੀਂ ਟੈਸਟ ਕਰ ਰਹੇ ਹਾਂ ਕਿ ਉਹਨਾਂ ਨੂੰ ਅਗਰ ਗ੍ਰਾਈਂਡ ਕਰਕੇ ਜਿਵੇਂ ਇੱਕ ਆਰਮ ਫਾਰਮਰ ਦਿੰਦਾ ਹੈ ਉਹਵੇਂ ਦਈਏ ਤੇ ਕਿੰਨੀ ਤੂੜੀ ਪਾਣੀ ਚਾਹੀਦੀ ਆ ਸਾਨੂੰ ਵਿੱਚ ਤੇ ਉਹਨਾਂ ਨੂੰ ਹੀ ਯੂਰਪ ਦੇ ਵਿੱਚ ਇੱਕ ਟੈਕਨੋਲੋਜੀ ਆਈ ਹੈ ਪੈਲੇਟ ਕਰ ਲੈਂਦੇ ਹੈਗੇ ਨੇ ਤੇ ਉਹਨੂੰ ਪੈਲੇਟ ਕਰਨ ਦੇ ਨਾਲ ਸਾਡੀ ਰਿਜ਼ਲਟ ਪਬਲਿਸ਼ ਹੋਏ ਨੇ ਬੜੇ ਦੁਨੀਆ ਦੇ ਟੌਪ ਦੇ ਜਰਨਲਸ ਹੈਗੇ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਆਮ ਫੀਡ ਦੇ ਰਹੇ ਹਾਂ ਗ੍ਰाइंड ਕਰਕੇ ਜਿਵੇਂ ਇੱਕ ਆਮ ਫਾਰਮਰ ਦਿੰਦਾ ਉਹਨਾਂ ਦੇ ਗ੍ਰੋਥ ਰੇਟ ਆ ਰਹੇ ਨੇ ਛਤਰਿਆਂ ਦੇ ਵਿੱਚ ਤਕਰੀਬਨ 200 210 ਗ੍ਰਾਮ ਫੀ ਫੀ ਯੋਮੀਆਂ ਜਿਹੜੇ ਆ ਰਹੇ ਨੇ ਔਰ ਜਿਨ੍ਹਾਂ ਨੂੰ ਅਸੀਂ ਪੈਲੇਟ ਦੇ ਰਹੇ ਹੁਨੇ ਤੁਹਾਨੂੰ ਅਸੀਂ ਦਿਖਾਵਾਂਗੇ ਇਹਦੇ ਵਿੱਚ ਤੇ ਪੈਲੇਟ ਪੈਲੇਟ ਵਾਲਿਆਂ ਦੇ ਰਿਜ਼ਲਟ ਆ ਰਹੇ ਨੇ 270 ਗ੍ਰਾਮ ਔਰ ਬੜਾ ਇੰਟਰਸਟਿੰਗ ਹੈ ਕਿ ਬੱਕਰਿਆਂ ਦੇ ਵਿੱਚ ਅਸੀਂ ਸੋਹnde ਸੀ ਕਿ 100 ਗ੍ਰਾਮ ਤੋਂ ਜ਼ਿਆਦਾ ਵਜ਼ਨ ਮੁਸ਼ਕਲ ਹੁੰਦਾ ਲੈਣਾ ਉਹ ਇਹਨਾਂ ਤੋਂ ਜ਼ਿਆਦਾ ਹਸਾਸ ਜਾਨਵਰ ਹੈ ਔਰ ਐ ਵੀ ਸੁਣੀਦਾ ਸੀ ਕਿ ਪੱਠਿਆਂ ਤੋਂ ਬਿਨਾਂ ਨਹੀਂ ਪਾਲਦੇ ਹੈਗੇ ਤੇ ਅਸੀਂ ਉਹਨਾਂ ਨੂੰ ਇਸ ਪੈਲੇਟ ਫੀਡ ਤੇ ਤੀਸਰਾ ਸਾਲ ਹੋ ਗਿਆ ਪਾਲਦਿਆਂ ਨੂੰ ਔਰ ਸਾਨੂੰ ਲਗਾਤਾਰ 200 ਗ੍ਰਾਮ ਵਜ਼ਨ ਮਿਲ ਰਿਹਾ ਹੈ ਜਿਹਦਾ ਮਤਲਬ ਹੈ ਕਿ ਅਸੀਂ ਅਗਰ ਇਹਨਾਂ ਨੂੰ ਨੈਸ਼ਨਲੀ ਏਮਪਲੋਏ ਕਰੀਏ ਇਹ ਰਿਜ਼ਲਟਾਂ ਨੂੰ ਤੇ ਤਕਰੀਬਨ 70-80 ਗ੍ਰਾਮ ਇੱਕ ਫਾਰਮਰ ਦੇ ਵਜ਼ਨ ਚ ਡੇਲੀ ਬੜੌਤਰੀ ਹੁੰਦੀ ਔਰ ਬੜਾ ਇੰਟਰਸਟਿੰਗ ਪਾਰਟ ਇਹ ਕਾਹ ਹੈਗਾ ਕਿ ਲਾਈਫਸਟਾਕ ਚ ਕੋਈ ਵੀ ਬੰਦਾ ਬਿਜ਼ਨਸ ਚ ਆਉਣ ਤੋਂ ਡਰਦਾ ਹੈ ਕਿ ਫੀਡ ਦੀ ਸਟੋਰੇਜ ਪੱਠੇ ਬੀਜ ਨੇ ਔਰ ਦੂਸਰਾ ਲੇਬਰ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੈ ਪਾਕਿਸਤਾਨ ਦੇ ਸਾਡੇ ਜਿਹੜੇ ਮਾਹਿਰੀਨ ਨੇ ਸਾਡੇ ਜਿਹੜੇ ਲਾਈਫਸਟਾਕ ਦੇ ਨਿਊਟ੍ਰੀਸ਼ਨਿਸਟ ਨੇ ਇਹ ਬੈਰੂਨੀ ਦੁਨੀਆ ਦੇ ਡਾਕਟਰਸ ਤੋਂ ਸਾਇੰਟਿਸਟ ਤੋਂ ਘੱਟ ਨਹੀਂ ਹੈ ਇਹ ਡਾਕਟਰ ਸਾਹਿਬ ਇੱਕ ਹੀ ਚੀਜ਼ ਹੈ ਸਰ ਜੀ ਇਹ ਉਹੀ ਪੈਲਟ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਅਗਰ ਕੈਮਰਾਮੈਨ ਦਿਖਾ ਸਕਣ ਤੇ ਐ ਐਗਜ਼ੈਕਟਲੀ ਅਸੀਂ ਇਹਦੇ ਵਿੱਚ ਜਵੀ ਨੂੰ ਪੈਲਟ ਕੀਤਾ ਤੇ ਤੁਸੀਂ ਦੇਖੋ ਕਿ ਇਹਨੂੰ ਪਾਣਾ ਕਿੰਨਾ ਆਸਾਨ ਹੈਗਾ ਐ ਸਿੰਪਲ ਇੱਕ ਬੋਰੀ ਪਕੜੇਗਾ ਵਰਕਰ ਔਰ ਚਾਹੇ ਜਿੱਥੇ ਅਸੀਂ ਕਹਿੰਦੇ ਆ ਜੀ ਇੱਕ ਵਰਕਰ 40 ਜਾਨਵਰਾਂ ਤੇ ਹੁੰਦਾ ਹੈ ਇਹ ਇੱਕ ਵਰਕਰ 200 ਜਾਨਵਰ ਵੀ ਪਾਲ ਸਕੇਗਾ। ਔਰ ਜਿਸ ਤਰ੍ਹਾਂ ਸਾਡਾ ਯਕੀਨ ਹੈ ਕਿ ਜਿਸ ਤਰ੍ਹਾਂ ਪੋਲਟਰੀ ਇੰਡਸਟਰੀ ਨੇ ਇਵੋਲਵ ਕੀਤਾ ਹੈ ਇਹ ਇੰਡਸਟਰੀ ਵੀ ਉਸੇ ਤਰ੍ਹਾਂ ਹੀ ਇਵੋਲਵ ਕਰ ਸਕਦੀ ਹੈ ਔਰ ਸਾਰੇ ਅਸੀਂ ਐਕਸਪਰਟਸ ਇਸ ਚੀਜ਼ ਤੇ ਯਕੀਨ ਰੱਖਦੇ ਹਾਂ ਕਿ ਜਿੰਨਾ ਸਾਡੇ ਕੋਲੋਂ ਜਾਨਵਰ ਹੈ ਸ਼ਾਇਦ ਅਸੀਂ ਦੁਨੀਆ 'ਚ ਤੀਸਰੇ ਚੌਥੇ ਵੱਡੇ ਗੋਟ ਨੰਬਰਸ ਨੇ ਸਾਡੇ ਕੋਲੋਂ 80 ਮਿਲੀਅਨ ਬੱਕਰੀ ਹੈ। ਅਗਰ ਉਸ ਬੱਕਰੀ ਦੇ ਉੱਤੇ ਅਸੀਂ 50 60 ਗ੍ਰਾਮ ਵਜ਼ਨ ਵਧਾ ਸਕੀਏ ਤੇ ਮੇਰਾ ਖਿਆਲ ਹੈ ਇਸ ਕੌਮ ਦੀ ਤਕਦੀਰ ਬਦਲਣ ਵਾਲਾ ਕੰਮ ਹੈਗਾ ਅੱਛਾ ਡਾਕਟਰ ਸਾਹਿਬ ਇਹ ਜ਼ਰਾ ਤਸ਼ਰੀਫ ਲਿਆਓ ਇਹ ਜਿਹੜੀ ਪਹਿਲਾ ਜਿਹੜਾ ਜਾਨਵਰ ਹੈ ਇਹਦੀ ਜਿਹੜੀ ਹੈ ਖੁਰਾਕ ਮੈਂ ਇੱਥੇ ਦੇਖ ਰਿਹਾ ਇਹ ਜ਼ਰਾ ਦੱਸੋ ਕਿ ਇਹਦੇ ਵਿੱਚ ਕੀ ਇਨਗਰੀਡੀਅੰਟਸ ਨੇ ਅਗਰ ਇਹਨਾਂ ਦਿਖਾ ਸਕੋ ਤੇ ਇਹ ਬੇਸਿਕਲੀ ਇਹ ਫੀਡ ਆ ਅਸੀਂ ਟੈਸਟ ਕਰ ਰਹੇ ਹਾਂ ਐਸੇ ਫੀਡ ਨੂੰ ਮੈਸ਼ ਫਾਰਮ ਦੇ ਵਿੱਚ ਜਿਵੇਂ ਇੱਕ ਆਮ ਫਾਰਮਰ ਪਾਉਂਦਾ ਔਰ ਪਿੱਛੇ ਅਸੀਂ ਕੁਝ ਤਜਰਬੇ ਕੀਤੇ ਜਿਹਦੇ ਵਿੱਚ ਪਤਾ ਚੱਲਿਆ ਹੈ ਕਿ ਇਹਨਾਂ ਨੂੰ ਮਕਈ ਨੂੰ ਗ੍ਰाइंड ਕਰਨ ਦੀ ਜ਼ਰੂਰਤ ਨਹੀਂ ਡੇਰੀ ਚ ਗ੍ਰाइंड ਕਰਨਾ ਚਾਹੀਦਾ ਹੈ ਇਹਦੇ ਚ ਇਹਨਾਂ ਦੀ ਆਪਣੀ ਗ੍ਰਾਈਂਡਿੰਗ ਬਹੁਤ ਅੱਛੀ ਹੈ ਤੇ ਅਸੀਂ ਚਾਹ ਰਹੇ ਹਾਂ ਕਿ ਫਾਰਮਰ ਨੂੰ ਐਸੀ ਫੀਡ ਦਿੱਤੀ ਦਿੱਤੀ ਜਾਏ ਜਿਦੇ ਚ ਉਹਦੀ ਕੋਸਟ ਘੱਟ ਤੋਂ ਘੱਟ ਹੋਏ ਅੱਛਾ ਇਹ ਦੂਸਰਾ ਜਾਨਵਰ ਦੇਖ ਰਹੇ ਹਾਂ ਇਹਨੂੰ ਕੋਈ ਅਲੱਗ ਦਾ ਫੀਡ ਦਿੱਤੀ ਜਾ ਰਹੀ ਹੈ ਇਹਨਾਂ ਉਹਦੀ ਖੁਰਾਕ ਦੇ ਵਿੱਚ 25% ਜਵੀ ਦੀ ਤੂੜੀ ਹੈ ਇਹਦੀ ਖੁਰਾਕ ਵਿੱਚ 15% ਤੂੜੀ ਹੈਗੀ ਹੈ ਇਹ ਸਾਰੇ ਟ੍ਰਾਇਲ ਹੋ ਰਹੇ ਨੇ ਇਹ ਟ੍ਰਾਇਲ ਹੋ ਰਹੇ ਆ ਅਸੀਂ ਹਰ ਜਾਨਵਰ ਦਾ ਤਕਰੀਬਨ ਰੋਜ਼ ਡਾਟਾ ਕਲੈਕਟ ਕਰਦੇ ਆਂ ਔਰ ਉਹਨਾਂ ਦੀ ਖੁਰਾਕ ਕਿੰਨੀ ਖਾ ਰਿਹਾ ਕਿੰਨੀ ਛੱਡ ਰਿਹਾ ਫਿਰ ਹਰ ਹਫ਼ਤੇ ਦੇ ਹਫ਼ਤੇ ਇਹਨਾਂ ਦੇ ਅਸੀਂ ਓਜਰੀ ਦੇ ਸੈਂਪਲ ਲੈਣੇ ਆ ਫਿਰ ਐਂਡ ਤੇ ਅਸੀਂ ਇਹਨਾਂ ਨੂੰ ਜ਼ਿਬਾ ਕਰਨਾ ਹੈ ਡਾਕਟਰ ਅਫਜ਼ਲ ਸਾਹਿਬ ਇਹ ارشاد ਫਰਮਾਓ ਕਿ ਅਸੀਂ ਜਿਹੜਾ ਪੋਲਟਰੀ ਦਾ ਸ਼ੋਭਾ ਹੈ ਉਹਦੇ ਚ ਅਸੀਂ ਮੁਰਗੀਆਂ ਨੂੰ ਇੱਕ ਖਾਸ ਖੁਰਾਕ ਦੇਣੇ ਆ ਤੇ ওভার ਆਲਰ ਮੁਰਗੀ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਲੈਰ ਅੰਡੇਆਂ ਦੇਣ ਵਾਲੀ ਮੁਰਗੀ ਉਹਦੀ ਇੱਕ ਅਲੱਗ ਖੁਰਾਕ ਹੈ ਇੱਕ ਨੰਬਰ 2 ਨੰਬਰ ਜਾਂ 3 ਨੰਬਰ ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇਹ ਖੁਰਾਕ ਚਾਹੇ ਪੈਲੇਟ ਫਾਰਮ ਦੇ ਵਿੱਚ ਹੋਵੇ ਜਾਂ ਗ੍ਰाइंड ਕੀਤੀ ਹੋਵੇ ਤੇ ਜਿਹੜੇ ਨਾਜ਼ਰੀਨ ਐ ਸਾਡਾ ਪ੍ਰੋਗਰਾਮ ਅਲਾਜ਼ਾ ਕਰ ਰਹੇ ਨੇ ਉਹਨਾਂ ਦੇ ਜ਼ਿਹਨ 'ਚ ਗੱਲ ਆ ਸਕਦੀ ਹੈ ਕਿ ਇਹਦੇ 'ਚ ਫਰਕ ਕੀ ਹੈ মুরগیاں ਜਿਹੜੇ ਸੀ ਖੁਰਾਕ ਪਾਲਨੇ ਆ ਜਾਂ ਅਸੀਂ ਬੱਕਰੇ ਜਿਹੜੇ ਇਹਨਾਂ ਦੀ ਖਾਸ ਖੁਰਾਕ ਦੇ ਕੇ ਪਾਲਨੇ ਆ ਇਹ ਦੋਨਾਂ ਚੀਜ਼ਾਂ 'ਚ ਫਰਕ ਕੀ ਹੈ ਅਗਰ ਅਸੀਂ ਇਹ ਖੁਰਾਕ ਦੀ ਡਿਟੇਲਸ ਦੇਖੀਏ ਤੇ ਇਹਦੇ ਵਿੱਚ ਅਸੀਂ ਪਾਇਆ ਹੈ ਜਵੀ ਦੀ ਤੂੜੀ ਤਕਰੀਬਨ 15% ਔਰ ਇਹਦੇ ਵਿੱਚ ਹੈ ਮਕਈ 60 ਤੋਂ 64% ਔਰ ਇਸ ਕੋਲਵਾ ਸੋਇ ਬੀਨ ਦਾ ਮੀਲ ਐਡ ਕੀਤਾ ਹੈ ਔਰ ਕੁਝ ਮਿਨਰਲਸ ਐਡ ਕੀਤੇ ਨੇ ਜਿਆਦਾ ਤੁਸੀਂ ਕਿਸ ਚੀਜ਼ ਦੇ ਉੱਤੇ ਸਟੱਡੀ ਕਰ ਰਹੇ ਹੋ ਅਸੀਂ ਫਿਲਹਾਲ ਹੈ ਜਿਹੜੇ ਨੇ ਜਾਨਵਰ ਇਹਨਾਂ ਦੇ ਉੱਤੇ ਰਿਸਰਚ ਕਰਨਦੇ ਆ ਤੇ ਇਹ ਫੀਡ ਅਸੀਂ ਬਣਾਈਏ ਅਸੀਂ ਇਹਨਾਂ ਨੂੰ ਦੇ ਕੇ ਵੇਖ ਰਿਹਾ ਕਿ ਦਾ ਕੀ ਜਿਹੜਾ ਅਸਰ ਆਉਂਦਾ ਹੈ ਇਹਨਾਂ ਦੇ ਉੱਤੇ ਗੋਸ਼ਤ ਦੇ ਉੱਤੇ ਕਿੰਝ ਗੋਸ਼ ਜਿਹੜਾ ਉਹ ਬਿਹਤਰ ਜਿਹੜਾ ਹੈ ਪੈਦਾਵਾਰ ਜਾਨਵਰ ਦੀ ਕਿੰਝ ਬਿਹਤਰ ਹੁੰਦੀ ਹੈ ਤੇ ਇਹਦੇ ਉੱਤੇ ਹੀ ਅਸੀਂ ਜਿਹੜਾ ਇਹਨਾ ਕੰਮ ਕਰਨਦੇ ਆ ਤਿੰਨ ਮਹੀਨੇ ਤਾਨੂੰ ਇੱਥੇ ਯਾਨੀ ਟ੍ਰਾਇਲ ਕਰਦੇ ਹੋ ਗਏ ਨੇ ਤੇ ਕੀ ਤੁਹਾਡਾ ਖਿਆਲ ਹੈ ਕਿ 90 ਦਿਨ ਦੇ ਵਿੱਚ ਤੁਹਾਨੂੰ ਕੋਈ ਪੋਜ਼ਿਟਿਵ ਰਿਜ਼ਲਟ ਨਜ਼ਰ ਆਏ ਨੇ ਇਹ ਫੀਡ ਦੇ ਬਿਲਕੁਲ ਇਹ ਫੀਡ ਜਿਹੜੀ ਇਹ ਇਹ ਜਾਨਵਰਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰਦੀ ਏ ਬਾਕੀ ਫੀਡ ਦੇ ਮੁਤਾਬਿਕ ਮਤਲਬ ਜਿੱਥੇ ਅਸੀਂ ਹਰਾ ਚਾਰਾ ਨੂੰ ਦੇਂਦੇ ਆ ਉਸ ਤੋਂ ਜ਼ਿਆਦਾ ਚੰਗੇ ਅਸੀਂ ਜਿਹੜੇ ਨਾ ਰਿਜ਼ਲਟ ਹਾਸਿਲ ਕੀਤੇ ਨੇ ਨਾਜ਼ਰੀਨ ਤੁਸੀਂ ਸਾਡਾ ਅੱਜ ਦਾ ਪ੍ਰੋਗਰਾਮ ਲਗਾ ਕੀਤਾ ਪ੍ਰੋਗਰਾਮ ਚ ਅਸੀਂ ਜਿਵੇਂ ਤੁਹਾਨੂੰ ਦਿਖਾਇਆ ਹੈ ਕਿ ਜਦੀਦ ਤਰੀਕਿਆਂ ਨਾਲ ਭੇਡ ਬੱਕਰੀਆਂ ਦੀ ਫਾਰਮਿੰਗ ਕਿਸਰਾ ਕੀਤੀ ਜਾ ਰਹੀ ਏ ਔਰ ਇਸ ادارے ਦੇ ਜਿਹੜੇ ਮਾਹਿਰੀਨ ਨੇ ਇਹਨਾਂ ਨੇ ਵੀ ਦੱਸਿਆ ਕਿ ਅਸੀਂ ਆਪਣੀ ਭੇਡ ਬੱਕਰੀਆਂ ਜਿਹੜੀਆਂ ਨੇ ਉਹ ਸਿਰਫ ਸਬਰ ਚਾਰੇ ਨਾਲ ਹੀ ਨਹੀਂ ਪਾਲ ਸਕਦੇ ਬਲਕਿ ਕਨਸੈਂਟ੍ਰੇਟ ਦੇ ਨਾਲ ਵੀ ਪਾਲ ਸਕਦੇ ਆ ਗ੍ਰੇਨਸ ਨੂੰ ਬਰੀਕ ਕਰਕੇ ਜਾਂ ਉਹਨਾਂ ਦੀ ਪੈਲੇਟ ਪੈਲੇਟ ਕਹਿੰਦੇ ਨੇ ਗੋਲੀਆਂ ਨੂੰ ਗੋਲੀਆਂ ਬਣਾ ਕੇ ਵੀ ਦੇ ਸਕਦੇ ਆ ਬੜੀ ਰਗਬਤ ਦੇ ਨਾਲ ਜਿਹੜੇ ਜਾਨਵਰ ਖਾਂਦੇ ਨੇ ਔਰ ਆਪਣਾ ਵਜ਼ਨ ਵਧਾਉਂਦੇ ਨੇ ਤੇ ਅੱਜ ਤੋਂ ਅਗਰ ਅਸੀਂ ਚਾਰ ਦਹਾਈਆਂ ਪਿੱਛੇ ਜਾਈਏ ਤੇ ਉਸ ਵੇ ਪੋਲਟਰੀ ਜਿਹੜੀ ਇਹ ਬਕਾਇਦਾ ਸਨਤ ਨਹੀਂ ਸੀ ਔਰ ਅੱਜ ਅਲ ਹਮਦੁਲਿਲਾ ਪਾਕਿਸਤਾਨ ਦੇ ਵਿੱਚ ਇਹ ਬਕਾਇਦਾ ਸਨਤ ਦੀ ਸ਼ਕਲ اختیار ਕਰ ਚੁੱਕੀ ਹੈ ਉਹਦੀ وجہ ਕੀ ਹੈ ਉਹਦੀ وجہ ਇਹ ਵੇ ਕਿ ਕਾਰੋਬਾਰੀ ਲੋਗ ਇਹਦੇ ਵਿੱਚ ਆਏ ਨੇ ਉਹਨਾਂ ਨੇ ਫਾਰਮਿੰਗ ਕੀਤੀ ਹੈ ਉਹਨਾਂ ਨੇ ਫੀਡ ਮਿਲਾ ਲਾਈਆਂ ਨੇ ਐਸੀ ਤਰ੍ਹਾਂ ਹੀ ਮੈਂ ਇਲਤਮਾਸ ਕਰਾਂਗਾ ਕਾਰੋਬਾਰੀ ਅਜ਼ਰਾਦ ਨੂੰ ਕਿ ਪੇੜ ਬੱਕਰੀਆਂ ਦੀ ਵੀ ਅਗਰ ਉਹ ਖੁਰਾਕ ਬਣਾਉਣ ਔਰ ਇਹਦੀ ਫਾਰਮਿੰਗ ਕਰਨ ਤੇ ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਕਿ ਜਿਸ ਵੇਲੇ ਅਸੀਂ ਨਾ ਸਿਰਫ ਆਪਣੀ ਇਹ ਜਿਹੜੀ ਪ੍ਰੋਡਕਟ ਹੈ ਗੋਸ਼ ਦੀ ਜਾਂ ਦੁੱਧ ਦੀ ਜਾਂ ਦੂਸਰੀ ਚੀਜ਼ਾਂ ਇਹ ਅਸੀਂ ਬਾਹਰ ਭੇਜਾਂਗੇ ਔਰ ਜ਼ਿਆਦਾ ਜ਼ਰ ਮੁਬادله ਕਮਾਵਾਂਗੇ ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਦਾ ਵਿਲਾ ਮੁਕਦਾ ਇਜਾਜ਼ਤ ਦਿਓ ਅੱਲਾ ਬੇਖਾਲ